ਲਾ ਕੇ ਪਹੁੰਚ ਗਏ ਜਲਾਲਪੁਰ ਪਿੰਡ ਉੱਥੇ ਆਏ ਆ ਪਹੁੰਚ ਗਏ ਅਸੀਂ उम्मीद करना भैन भरा ठीक हो गए खुश आबाद रहो अपने घर च हसदिया वसदिया रहो अल्लाह पाक तुहाडियां जाए मुरादां पूरियां करदा रहे अल्लाह पाक तुहाडे दियां मुसीबतां ने परेशानियां ने दूर करे अल्लाह पाक सोने हबीब का सदका साडियां दुआवां कबूल करे अज का व्लॉग करने शुरू तो मैं वाल कटाए ने काफ़ी दिन हो गए हैं वाल कटाने वाले ने तो वाल कटा के आया हाँ मैं तो मैं चलो इन्होंने कहा कलर ला दे आसमान कलर बना रही है तो कलर लाने कलर ला के लाने तो बाद रहना वो जाना कद प्रोग्राम तो बनता पा वेखो आसमान पिंड और सारी थोड़े तो शेयर करा जो जो भी सारी रूटीन रही तो मेरे वीडियो पूरा वॉच करो और जो भैन भरा नवे आते हैं वो मेरे चैनल सबसक्राइब जरूर करो और जिन्ना किया हो बहुत शुक्रिया मेहरबानी खुश होवो तो मेरे नाल रवो चलो जी कलर बनाने कलर बनाने बाद लाने सनू कदम कदम लाई दे बस इंज ही रहना मैं ज़्यादा तो मैं वाल कटाया मैं ज़्यादा सफेद लगता मैंने जो ला लिया कलर तो फिर कदम जाना भी है तो रक्षा करा रक्षा करने बाद मुझ अजकल गर्मी हूँ शुरू हो गई है साढ़े इतने तो रक्षा तो ठीक ही है तकरीबन हवा गर्म तो नहीं हुई तो हले चलता पाया निज़ाम अल्लाह खैर करे अच्छा जी देख आसमान बना रही है मेरा तो परछाव आ रहा है आसमान बना रही है कलर देखो हाँ कलर है मैं हूँ कि देर बाद थोड़े कलर लगा लगा ना सलाम अलैकुम कर लो भैन भरावां नाल अस्सलाम वालेकुम मेरे भैन भाइयो की हाल है मैं उम्मीद करनी है मेरे भैन भरा सारे ठीक हो गए मेरे भैन भरा खुश ते आबाद रहो हाँ कलर बना ले दी मूसवा दे लगी है लान ਇਹ ਹਰ ਫਾਤਮਾ ਸਿੱਖਣ ਲਈ ਜਾ ਚ ਉਹ ਲਾਗੇ ਹੋ ਕੇ ਜਾ ਸਕਦੀ ਉਹ ਵੇਖਦੀ ਵੀ ਹਰ ਖਾਣ ਵਾਲੇ ਸ਼ਾਇਦ ਕੋਈ ਪਿਆਲੀ ਪਾਣ ਲਈ ਹੈ ਉਹ ਕਹਿੰਦੀ ਸਮਝਦੀ ਹੈ ਕਿ ਖਾਣ ਵਾਲੇ ਸ਼ਾਇਦ ਕੋਈ ਚੀਜ਼ ਲਿਆਂਦੀ ਹੈ ਦੁਕਾਨ ਤੋਂ ਆ ਟੂਬ ਲਿਆਂਦੀ ਛੋਟੀ ਜਿਹੀ ਟੂਬ ਦੁਕਾਨ ਤੋਂ ਲਿਆਂਦੀ ਉਹ ਹੈ ਤਾਂ ਹਲਕੀ ਹੈ ਬਸ ਮਹਿੰਗੀ ਆ ਚੰਗੀ ਜਿਹੀ ਨਾ ਜੇ ਅੱਛੀ ਟੂਬ ਉਹ ਤਾਂ ਮਹਿੰਗੀ ਹੁੰਦੀ ਹੈ ਤੇ ਉਹ ਵੀ ਲਿਆਵਾਂ ਕਿਤੇ ਲਿਆ ਕੇ ਰੱਖ ਦਿੰਦੇ ਨੇ ਨਾ ਤੇ ਉਹ ਕੋਈ ਦੋ ਦਫਾ ਲੱਗ ਹੀ ਜਾਂਦੀ ਹੈ ਦੋ ਤਿੰਨ ਦਫਾ ਉਹ ਵਾਲੀ ਆਹ ਨਾਲ ਲੱਗ ਦੋ ਤਿੰਨ ਦਫਾ ਨਾਲ ਟਾਈਮ ਵੀ ਜ਼ਿਆਦਾ ਕਰਦੀ ਆ ਤੇ ਇਹਨਾਂ ਦੇ ਹੁੰਦੀ ਸਹੀ ਹੈ ਹਲਕੀ ਹੁੰਦੇ ਨੇ ਬਸ ਐਵੇਂ ਇਹ ਤਾਂ ਬਸ ਗੁਜ਼ਾਰਾ ਹੀ ਹੈ ਤੇ ਮਹੀਨਾ ਵੀ ਨਹੀਂ ਆਉਣਾ ਹੈ ਤਾਂ ਕੈਮੀਕਲ ਨੇ ਉਹਦਾ ਹਰਮ ਹਰਮ ਨਾ ਛੱਡੋ ਹਰਮ ਫਾਤਮਾ ਇਹ ਕਿਆ ਹੈ ਇਹ ਚੀਜ਼ ਨਹੀਂ ਖਾਣ ਵਾਲੀ ਹੈ ਇਹ ਹਰਮ ਦੇ ਵਾਲ ਫਾਤਮਾ ਤੇਰੇ ਹੱਥ ਕਾਲੇ ਹੋ ਜਾਂਦੇ ਹਰਮ ਦੇ ਵਾਲ ਵੀ ਛੋਟੇ ਕਰਾਉਣ ਵਾਲੇ ਇਹਨਾਂ ਵੀ ਕਰਾਉਣੇ ਗਰਮੀਆਂ ਹੁੰਦੇ ਹਾਂ ਮਾਦੇ ਵਾਲ ਸੇ ਘਟਾ ਕੇ ਲਿਆਓ ਜ਼ਰਾ ਫਿਰ ਗਰਮੀਆਂ ਤਾਂ ਵਾਕਈ ਗਰਮੀ ਬੜੀ ਲੱਗਦੀ ਹੈ ਬੱਚਿਆਂ ਨੂੰ ਹੁਣ ਤੇ ਰੋਜ਼ ਨਵਾਣਾ ਪੈਂਦਾ ਆਹੋ ਜਿੰਨੀ ਕਿ ਗਰਮੀ ਨਹੀਂ ਹਲੇ ਨਹੀਂ ਨਹੀਂ ਚਲੋ ਅੱਲਾ ਸ਼ੁਕਰ ਹੈ ਸਮੇਂ ਦੇਵੇ ਬਾਰਿਸ਼ ਪੈ ਗਈ ਨਾ ਫਿਰ ਠੀਕ ਹੋ ਜਾਵੇ ਉਹਦੇ ਨਾਲ ਅੱਗੇ ਕਣਕਾਂ ਤਿਆਰ ਹੋ ਰਹੀਆਂ ਨੇ ਹੁਣ ਵੈਸੇ ਵਾਢੀ ਸ਼ੁਰੂ ਹੋਈ ਨਹੀਂ ਬਣਾਉਣੀ ਹੈ ਹਰ ਬਣਾਉਣੀ ਹੈ ਵਾਲਾਂ ਨੂੰ ਲਾਉਣੀ ਹੈ ਅਸੀਂ ਹਰ ਫਾਤਮਾ ਦੇ ਕਾਲੇ ਨਹੀਂ ਲਾਉਣੀ ਸੀ ਲਾਲ ਲਾਵਾਂਗੇ ਮਹਿੰਦੀ ਕਹਿੰਦੇ ਹੂੰ ਆਹ ਹਰ ਅੰਦਰ ਲਾਲ ਲਾਇਆ ਹੋਵੇ ਉਹ ਹੀ ਗੁਫਰਾਨ ਵੀ ਆ ਗਿਆ ਗੁਫਰਾਨ ਕੀ ਹੈ ਉਹ ज्यादा खराब ने वाल तो सही तरह अगर लानी है सही तरह करके लावांगे आहो मेनू पता बहुत चिट्टे वाल है पैसे भी देने ते काम ने सही है ते फिर फायदा की ओ बड़े गल्ला तुसी मेनू पैसे दे देने ओ मैं हूं तोडे को ला ही जाऊं तुसी कह दीता ना जितने मैं लंदी हां तो तुसी क्या हूं मैं लावांगे तोडे को मैं दे ला दे पैसे मैं पैसे देने मैं हमाम तो ना लवाना दा नहीं हूं मैं लेने लेने वे पैसे मैं दे के हमाम तो लवाना दा चंगा ही ਹਮਾਂ ਦੇ ਰੁਪਿਆ 200 ਦੇ ਰਹੇ ਤੁਹਾਨੂੰ ਹੁਣ ਕਿੰਨੇ ਦੇਣਾ ਪੈਣ ਮੈਨੂੰ 500 ਆ 500 ਚਾ 40 ਵਾਲੀ ਮੈਂ ਟੂਬ ਲਿਆ ਹੰਦੇ 40 ਵੇ ਟੂਬ ਲਿਆ ਉਹਦੇ 500 ਰੁਪਿਆ ਦੇਣਾ ਹੁਣ ਹੋਈ ਆਹੋ ਮੈਨੂੰ ਲਾਓ ਤੇ ਫਿਰ ਦੇ ਵੇਖ ਨਾ ਕਰਨੇ ਤੋਂ ਹਿਸਾਬ ਦਾ ਹੋਈ ਹਾਂ ਫਰਾਂ ਦੇ ਮੂੰਹ ਤੇ ਲਾਣੀ ਹੈ ਨਹੀਂ ਹਾਂ ਵਾਲ ਤੇ ਲਾਣੀ ਹੈ ਵਾਲ ਤੇ ਲਾਣੀ ਹੈ ਅੱਛਾ ਜੋ ਵਾਲ ਤੇ ਮੈਂ ਕਹਿੰਦਾ ਇੱਕ ਫਰਾਂ ਦੇ ਮੂੰਹ ਤੇ ਲਾਵਾਂਗੇ चलो अपने लाने की बन रहा है मेनू लगता है फिर लानी पैनी जल्दी मेनू जल्दी लाओ फिर होंगे ठीक है मेहंदी भी लग जाएगी पूरी चलो लाग तो फिर तुम भैन भरा दसने सही लग गई है
ਹਾਂਜੀ ਸਹੀ ਲੱਗ ਗਿਆ ਦਿਸਣ ਮਹਿੰਦੀ ਲੱਗ ਗਈ ਹੈ ਚਲੋ ਠੀਕ ਹੈ ਸਾਡੇ ਭੈਣ ਭਰਾ ਵੀ ਵੇਖਦੇ ਪਏ ਨੇ ਪਤਾ ਲੱਗ ਜਾਏਗਾ ਕਿਹੋ ਜਿਹੀ ਲੱਗੀ ਹੈ ਤੇ ਚਲੋ ਮਿਹਰਬਾਨੀ ਦੇਖੋ ਜੇ ਕਲਰ ਤੇ ਨਾਲ ਲਾਇਆ ਤੇ ਨਾ ਪੈਸਾ ਕੋਈ ਨਹੀਂ ਮਿਲਣਾ ਕਹੋ ਪੈਸੇ ਦੀ ਗੱਲ ਹੁੰਦੀ ਪੈਸਾ ਕੋਈ ਨਹੀਂ ਪਰ ਕਲਰ ਲਾਇਆ ਮੇਰਾ ਖਿਆਲ ਟੂਬ ਦੀ ਓਵਰਡੇਟ ਹੋਈ ਤੇ ਓਵਰਡੇਟ ਵੀ ਕੋਈ ਨਹੀਂ ਲਿਖੀ ਸਸਤੀ ਟੂਬ ਪਿੰਡੋਂ ਮੈਂ ਮੰਗਾ ਬੈਠਾ ਤਾ ਪਛਤਾਉਣ ਡਿਆ ਹੁਣ ਪਛਤਾਵਾ ਬੜਾ ਹੋਣ ਡਿਆ ਲੱਗਾ ਹੀ ਨਹੀਂ ਆਇਆ ਕਲਰ ਹੀ ਨਹੀਂ ਹੋਇਆ ਵੇਖੋ ਮੈਂ ਧੋਤਾ ਹੀ ਹੁਣ ਵਾਲਾਂ ਨੂੰ ਧੋਤਾ ਹੈਗਾ ਤੇ ਕਲਰ ਕੋਈ ਨਹੀਂ ਨਜ਼ਰ ਆਇਆ ਨਹੀਂ ਹੋਇਆ ਹੀ ਨਹੀਂ ਲੱਗਾ ਹੀ ਨਹੀਂ ਮਸਾਂ ਨਹੀਂ ਲੱਗਾ ਉਂਝ ਉੱਪਰ ਨਜ਼ਰ ਤੈਨੂੰ ਗਿੱਲੇ ਪਾ ਲਿਆ ਤਾਂ ਤੈਨੂੰ ਨਜ਼ਰ ਆਉਣ ਡਿਆ ਤੇ ਫਿਰ ਦੁਬਾਰਾ ਹੁਣ ਵਾਂਡੇ ਜਾਣਾ ਜਲਦੀ ਯਾਰਾ ਇਹਨਾਂ ਨੂੰ ਨਾ ਆਸਮਾ ਦੀ ਭੈਣ ਸਿਸਟਰ ਆਈ ਤੇ ਉਹਨੂੰ ਛੱਡਣ ਜਾਣਾ ਤੇ ਉਹ ਉਹਨਾਂ ਨੂੰ ਛੱਡ ਕੇ ਤੇ ਫਿਰ ਆ ਕੇ ਫਿਰ ਲਾਵਾਂਗੇ ਦੁਬਾਰਾ ਵੇਖਾਂਗਾ ਹੁਣ ਮੈਂ ਹੁਣ ਸਾਡੀ ਤਿਆਰੀ ਹੈ ਬੱਚੇ ਸਕੂਲੋਂ ਆਉਂਦੇ ਨੇ ਤੇ ਛੱਡਣ ਨਹੀਂ ਜਾ ਜਾਣਾ ਲੈ ਬੱਚਿਆਂ ਤੋਂ ਜਾਂ ਬੱਚਿਆਂ ਨੂੰ ਸਕੂਲੋਂ ਲੈਣੀ ਆ ਮੈਂ ਦੌੜ ਕੇ ਬੱਚਿਆਂ ਨੂੰ ਲੈਣੀ ਆ ਮੈਂ ਤਿਆਰ ਹੋ ਜਾਂ ਕੱਪੜੇ ਬਦਲਣਾ ਮੈਂ ਸਕੂਲੋਂ ਲੈਣੀ ਬੱਚਿਆਂ ਨੂੰ ਫਿਰ ਉਹ ਵੀ ਕੱਪੜੇ ਪਾ ਲੈਣੇ ਚਲੋ ਠੀਕ ਆ ਤੇ ਫਿਰ ਆ ਕੇ ਲਾ ਲਾਂਗੇ ਕੋਈ ਫਾਇਦਾ ਨਹੀਂ ਲਾਉਣ ਦਾ ਵੇਖੋ ਕੀ ਬਣਿਆ ਕੋਈ ਵੀ ਨਹੀਂ ਬਸ ਲਾਈ ਐਵੇਂ ਟਾਈਮ ਜ਼ਾਇਆ ਕਰਦੇ ਮਿਹਨਤ ਕੀਤੀ ਹੈ ਚਲੋ ਦੁਬਾਰਾ ਫਿਰ ਲਾਉਣੇ ਕੋਈ ਉਹ ਮੈਂ ਹਲਕੀ ਆ ਜਾਂ ਮਾਰੀ ਗਈ ਸੀ ਵੈਸੇ ਹੀ ਕੀ ਹੈਗਾ ਇਹ ਜੁੱਤੀ ਇਹ ਵੀ ਗਿਫਟ ਆਈ ਸੀ ਅੱਲਾ ਪਾਕ ਨੇ ਬਸ ਵਸੀਲਾ ਕੋ ਬਣਾਇਆ ਕੁਛ ਗਿਫਟ ਭੇਜੀ ਬਹਾਵਲਪੁਰੋਂ ਸਾਨੂੰ ਕਿਸੇ ਨੇ ਅਤੇ ਮਾਸ਼ਾਅੱਲਾ ਬਹੁਤ ਪਿਆਰੀ ਜੁੱਤੀ ਹੈ ਪਾਉਂਦੇ ਹਾਂ ਔਰ ਮਾਸ਼ਾਅੱਲਾ ਮਾਸ਼ਾਅੱਲਾ ਸਾਡੀ ਹਰਮ ਫਾਤਮਾ ਵੀ ਤਿਆਰ ਹੋ ਗਈ ਹੈ ਮੈਂ ਵੀ ਸੂਟ ਨਿਕਾਲ ਲਿਆ ਕਿੱਧਰ ਜਾਣਾ ਹੈ ਹੈਂ ਕਿੱਧਰ ਜਾਣਾ ਮੇਰੀ ਹਰਮ ਨੇ ਨੂਰਕਰ ਤੇ ਜਾਣਾ ਹੈ ਹਾਂ ਹਰਮ ਨੇ ਨੂਰਕਰ ਜਾਣਾ ਹੈ ਸਾਡੇ ਸਾਡੇ ਲਾਗੇ ਸ਼ਹਿਰ ਦਾ ਨੂਰਕਰ ਵਹਾਂ ਜਾਣਾ ਤੇ ਜੂਤਾ ਕਿੱਧਰ ਹੈ ਬੀਬਾ ਸੂਟ ਪਾ ਲਿਆ ਜੂਤਾ ਉਹ ਜੂਤਾ ਲੈਣ ਚਲ ਗਈ ਓਏ ਕਿੱਧਰ ਜੂਤਾ ਆਏ ਜੁੱਤਾ ਰੱਬ ਲਿਆ ਉਹਨੇ ਓਏ ਉਹ ਬੈਠ ਥੱਲੋ ਹਾਏ 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 ਜੋ ਫਿਰ ਸ਼ਾਬਾਸ਼ ਸ਼ਾਬਾਸ਼ ਪਹਿਨਦੇ ਆ ਜੁੱਤਾ ਚਲੋ ਇਧਰ ਉਹ ਭਾਈ ਨੇ ਵੀ ਜਾਣਾ ਨਾ ਭਾਈ ਕਿੱਧਰ ਹੈ ਇਹ ਦੇਖੋ ਹਾਂ ਸੂਟ ਵੀ ਪਹਿਨਾ ਉਹ ਮੰਮਾ ਨੇ ਵੀ ਸੂਟ ਪਹਿਨਦੇ ਆਪਕੀ ਮੰਮਾ ਨੇ ਦੇਖੋ ਆਪਕੀ ਮੰਮਾ ਕਿਆ ਬਣ ਗਈ ਸੂਟ ਪਾਪਾ ਨੇ ਨੀ ਪਹਿਨਣਾ ਲੈ ਜੁੱਤੀ ਦੇਖ ਰਿਹਾ ਚੈੱਕ ਕਰ ਰਿਹਾ ਸਕੂਲੋਂ ਆ ਗਿਆ ਔਰ ਇਹ ਸੂਟ ਆ ਜੀ ਇਹਦੀ ਜਿਸ ਤਰ੍ਹਾਂ ਇਸਤਰੀ ਕਰ ਲਿਆ ਬੱਤੀ ਦੇ ਬਗੈਰ ਬਿਜਲੀ ਦੇ ਬਗੈਰ ਇਸਤਰੀ ਕਿਤੇ ਚਗਾਟ ਲਾ ਕੇ ਤੇ ਚਲੋ ਉਹ ਵੀ ਕਮੈਲ ਦੀ ਜੁੱਤੀ ਲਿਆਂਦੀ ਤੇ ਕਮੈਲ ਤੂੰ ਰੱਖੀ ਹੈ ਆਪਣੀ ਹਾਂਜੀ ਕਮੈਲ ਦੀ ਇੱਕ ਜੁੱਤੀ ਹੈ ਕਿਤੇ ਮੈਂ ਪਾਉਣਾ ਪਹਿਲਾਂ ਈਦ ਨੂੰ ਲਿਆਂਦੀ ਉਹ ਪਾ ਦੇ ਠੀਕ ਆ ਉਹ ਪੈਂਦੀ ਵੀ ਨਵੀਂ ਆ ਰੱਖੀ ਹੈ ਠੀਕ ਹੋ ਗਿਆ ਈਦ ਨੂੰ ਪਾਣੀ ਆ ਰੋਜ਼ਾ ਠੀਕ ਹੈ ਹੱਤੀ ਕਿੱਥੇ ਜ਼ਮਾਂ ਦੀ ਬਿਲਕੁਲ ਯਾਰ ਨੀਂਹ ਟੁੱਟੀ ਹੋਈ ਜੁੱਤੀ ਤੇ ਜ਼ਮਾਂ ਦੀ ਵੀ ਲਿਆ ਗਿਆ ਹੈ ਚਲੋ ਪਾ ਦੇ ਸਭ ਪਾ ਲਿਆ ਕਹਿੰਦਾ ਮੇਰੀ ਈਦ ਦੀ ਹੱਗ ਫਰਾਂ ਦੀ ਵੀ ਲੈ ਗਿਆ ਸੀ ਰਾਤੀ ਠੀਕ ਅੱਛਾ ਈਦ ਤੇ ਤੈਨੂੰ ਵੀ ਇਸ ਤਰ੍ਹਾਂ ਹੀ ਲਿਆ ਕੇ ਦਾਂਗੇ ਠੀਕ ਚਲੋ ਕੋਈ ਨੀ ਉਹ ਜਾਮਨ ਦਾ ਜਵੇ ਠੀਕ ਆ ਕੋਈ ਨੀ ਵੀ ਹੈ ਲੈ ਲੈਂਦੀ ਇਹਦੀ ਕੀ ਲੱਭਣੀ ਆ ਉਹ ਜੇਬਾਂ ਫੇਰਦੀ ਵੀ ਹੈ ਇਹ ਭਵਰੀ ਇਹ ਹੋਇਆ ਕਿੰਨੀ ਖੁਸ਼ ਹੋਇਆ ਕਿੰਨੀ ਖੁਸ਼ ਚਲੋ ਮੈਂ ਕੱਪੜੇ ਪਾਏ ਨੇ ਜਿਹਨਾਂ ਪਾਏ ਨੇ ਤੇ ਚੱਲ ਕੇ ਨਿਕਲਨੇ ਆ ਰਕਸ਼ੇ ਤੇ ਜਾਂਦੇ ਆ ਬਾਕੀ ਵਿਊ ਉੱਥੇ ਜਾ ਕੇ ਦੇ ਤੁਹਾਡੇ ਨਾਲ ਹੋਏਗਾ ਸ਼ੇਅਰ ਕਰਾਂਗੇ ਤੇ ਚਲੋ ਕੋ ਰਸਤੇ ਦਾ ਵਿਊ ਤੁਹਾਨੂੰ ਚੱਕ ਮਰੂ ਦਾ ਉਹ ਬਾਰਡਰ ਦੇ ਪਿੰਡ ਦੇ ਜਾਣਾ ਰਸਤੇ ਕੁਛ ਵਿਊ ਤੁਹਾਨੂੰ ਸ਼ੇਅਰ ਕਰਾਂਗੇ ਤੇ ਚਲੋ ਚੱਲਨੇ ਆ ਫਿਰ ਚੱਲਨੇ ਆ ਬੱਚੇ ਦੇ ਵਿੱਚ ਤਿਆਰ ਆ ਤੇ ਅਸੀਂ ਵੀ ਤਿਆਰ ਹੋ ਗਏ ਨੇ ਕੋਲ ਠੀਕ ਹੈ ਚਲੋ ਤੇ ਜਾ ਰਹੇ ਜੀ ਅਸੀਂ ਚੱਕਪੁਰ ਦੇ ਲਾਗੇ ਪਹੁੰਚ ਗਏ ਜਲਾਲਪੁਰ ਪਿੰਡ ਉੱਥੇ ਆਏ ਆ ਜਲਾਲ ਪਹੁੰਚ ਗਏ ਅਸੀਂ ਤੇ ਨਾ ਡਰਾਈਵਿੰਗ ਹੋ ਰਹੀ ਹੈ ਨਾ ਫਿਲਮ ਵੀਡੀਓ ਬਣਨੇ ਪਈ ਹੈ ਆ ਬੈਠੇ ਹੋਏ ਨੇ ਮੈਂ ਨਾ ਕਮੈਲ ਮੇਰੇ ਪਿੱਛੇ ਬੈਠਾ ਹੋਇਆ ਕਮੈਲ ਤੋਂ ਕੀ ਮਨਾ ਲਾਉ ਤੇ ਸਵਾਰੀਆਂ ਇਹ ਬਿਠਾ ਲਿਆ ਆਏ ਹਾਂ ਰਸਤੇ 'ਚ ਤੇ ਸਵਾਰੀਆਂ ਇਹ ਲਾ ਕੇ ਮੈਂ ਚਲੋ ਉਹਨੂੰ ਵੀਡੀਓ ਬਣਾ ਲਈਏ ਅਸੀਂ ਤੇ ਕਮੈਲ ਤਾਂ ਹੀ ਮੇਰੇ ਨਾਲ ਬੈਠਾ ਹੋਇਆ ਸੀ ਤੇ ਚਲੋ ਬਾਕੀ ਜਲਾਲਪੁਰ ਅੱਗੇ ਆ ਗਿਆ ਅੱਗੇ ਨਿਡਰਾ ਪਿੰਡ ਹੈ ਨਿਡਰਾ ਪਿੰਡ ਲੋਕ ਚੱਕ ਮਰੂ ਹੈ ਤੇ ਜਾ ਕੇ ਤੁਹਾਨੂੰ ਪਹੁੰਚ ਕੇ ਦੱਸ ਰਿਹਾ ਸੀ ਤੇ ਵਿਊ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਪੱਠਾ ਹੈਗਾ ਆਸਮਾਨ ਪਿੰਡ ਪਹੁੰਚ ਗਏ ਬੱਚੇ ਕਹਿੰਦੇ ਮੇਰੇ ਪਿੰਡ ਬਸ ਸਵਾਰੀਆਂ ਬਿਠਾਈਆਂ ਤੇ ਮੈਂ ਵੀਡੀਓ ਫਿਰ ਨਹੀਂ ਬਣਾ ਸਕਿਆ ਸਵਾਰੀਆਂ ਪਿੱਛੇ ਲਾ ਕੇ ਆਏ
ਕੀਤਾ ਉੱਥੋਂ ਦੀ ਰਸਤਾ ਤੇ ਜਾਣਾ ਤੇ ਪਿੰਡ ਦਾ ਹੀ ਤੇ ਆਨੇ ਆਹੀ ਤਾਂ ਪਿੰਡ ਦਾ ਸਾਰਾ ਵਿਊ ਵੇਖੋ ਕਿੰਨਾ ਫੂਸਲ ਬੰਦਾ ਐ ਕੋਈ ਪਿੰਡ ਵੇਖੋ ਆਇਆ ਇਹ ਮਜਬੂਰੀਆਂ ਨੇ ਇੱਥੇ ਰਹਿ ਕੇ ਪਰ ਵਲਾਗ ਸਾਡੇ ਬਰੇ ਬਣ ਵਲਾਗ ਬਣ ਤੇ ਦੇਖ ਸਕਦੇ ਤੁਸੀਂ ਪਹੁੰਚਾਇਆ ਜੀ ਮੈਂ ਪਿੰਡ ਸੋਲ ਬੜਾ ਉੱਚਾ ਥੱਲੋਂ ਤਾਂ ਚੜ੍ਹਨਾ ਪੈਂਦਾ ਤੇ ਤਾਂ ਹੋਰ ਢੱਕੀ ਚੜ੍ਹਨਾ ਮੈਨੂੰ ਆਪ ਸਾਹ ਚੜ੍ਹ ਗਏ ਤੇ ਨਿਆਣੇ ਅੱਗੇ ਕਿੱਦਾਂ ਹੋਰ ਗਏ ਤੁਹਾਨੂੰ ਫਾਤਮਾ ਕਿੱਧਰ ਆਈ ਆ ਜੇ ਦੇਸਾ ਦੇ ਮੇਰੇ ਪਿੱਛੇ ਦੇ ਨਾਲ ਸੀਨ ਮੇਰੇ ਪਿੱਛੇ ਬਣਿਆ ਹੋਇਆ ਤਾਂ ਹਾਲੇ ਚੜ੍ਹਾਈ ਹੋਰ ਚੜ੍ਹਨੇ ਪਿਆ ਇਹ ਵਿਖਾ ਸਮਾਨ ਤੇ ਚਲੋ ਅੱਜ ਦਾ ਸਾਡਾ ਇਹੀ ਵਲੌਗ ਹੈਗਾ ਸੀ ਅੱਲਾ ਬਹੁਤ ਖੁਸ਼ ਤੇ ਬਾਹਰ ਰੱਖੇ ਔਰ ਭੈਣ ਭਰਾ ਜੇ ਨਵੇਂ ਆਉਂਦੇ ਨੇ ਸਬਸਕ੍ਰਾਈਬ ਕਰ ਲੈਣ ਔਰ ਅਗਲਾ ਵਲੌਗ ਜਿਹੜਾ ਹੋਏਗਾ ਇਨਸ਼ਾਅੱਲਾ ਜੋ ਵੀ ਸਾਡੀ ਰੂਟੀਨ ਹੋਏਗੀ ਇੱਥੇ ਆ ਕੇ ਜਿਹੜੇ ਵੀ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਲਾ ਵਲੌਗ ਇਨਸ਼ਾਅੱਲਾ ਫਿਰ